ਹਾਂਜੀ ਸ਼ਸ਼ੀਕਲ ਜੀ ਸਾਰਿਆਂ ਨੂੰ ਮੈਰੀ ਤੁਹਾਡਾ ਸਵਾਗਤ ਕਰਦੀ ਆ ਆਪਣੇ YouTube ਚੈਨਲ ਦੇ। ਹੋਪ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਜੀ। ਸੋ ਅਸੀਂ ਪੰਜਾਬੀ ਪੇਪਰ A ਦੀ ਜਿਹੜੀ ਵਨ ਲਾਈਨਰ ਦੀ ਸੀਰੀਅਲ ਸ਼ੁਰੂ ਕੀਤੀ ਹੋਈ ਸੀ ਜੀ ਅੱਜ ਸਾਡੀ ਇਸ ਦੀ 16ਵੀਂ ਕਲਾਸ ਹੈ। ਅਗਰ ਕਿਸੇ ਬੱਚੇ ਨੇ ਪਿਛਲੀਆਂ ਕਲਾਸਿਸ ਨਹੀਂ ਦੇਖੀਆਂ ਤਾਂ ਚੈਨਲ ਤੇ ਜਾ ਕੇ ਪਲੇਲਿਸਟ ਦੇ ਵਿੱਚੋਂ ਦੇਖ ਸਕਦੇ ਹੋਗੇ। ਅ ਸੋ ਅਸੀਂ ਸਟਾਰਟ ਕਰਦੇ ਹਾਂ ਜੀ। ਕਹਿੰਦੇ ਸ਼ੰਤ ਕਿੰਨੀਆਂ ਕਿਸਮਾਂ ਜਾਂ ਰੂਪਾਂ ਦੇ ਹੁੰਦੇ ਹਨ? ਕਿੰਨੀ ਕਿਸਮ ਦੇ ਹੁੰਦੇ ਨੇ ਜੀ? ਤਿੰਨ ਕਿਸਮ ਦੇ। ਛੰਦ ਦੀਆਂ ਕਿੰਨੀਆਂ ਕਿਸਮਾਂ ਲਿਕੋ ਤਾਂ ਇਹ ਤਿੰਨ ਕਿਸਮਾਂ ਕਿਹੜੀਆਂ-ਕਿਹੜੀਆਂ ਨੇ ਜੀ? ਮਾਤ੍ਰਿਕ ਛੰਦ, ਵਾਰਨਿਕ ਛੰਦ ਜਾਂ ਫਿਰ ਗਨਿਕ ਛੰਦ। ਇਗਜ਼ਾਮ ਦੇ ਵਿੱਚ ਤੁਹਾਨੂੰ ਇਹ ਚਾਰ ਦਿੱਤੀਆਂ ਹੋਣਗੀਆਂ ਤੇ ਚੌਥੀ ਅਲੱਗ ਦੀ ਪਾਈ ਹੋਏਗੀ ਤੇ ਪੁੱਛਿਆ ਜਾ ਸਕਦਾ ਕਿ ਕਿਹੜੀ ਛੰਦ ਦੀ ਕਿਸਮ ਨਹੀਂ ਹੈ ਹਨ ਇਦਾਂ ਦੇ ਕੁਐਸਚਨ ਬਣਨਗੇ। ਦੋਹਰਾ ਛੰਦ ਵਿੱਚ ਕਿੰਨੀਆਂ ਸਤਰਾਂ ਹੁੰਦੀਆਂ ਹਨ? ਦੋ ਹੁੰਦੀਆਂ ਨੇ ਜੀ। ਦੋਹਰਾ ਕਿਹੜਾ ਛੰਦ ਰੂਪ ਹੈ? ਮਾਤ੍ਰਿਕ। ਕੋਰੜਾ ਕਿਹੜਾ ਚੰਦਰੂਪ ਹੈ ਇਹ ਹੈ ਜੀ ਵਰਨਿਕ ਹਾਂ ਜੀ ਨੈਕਸਟ ਦੇਖ ਲੈਣੇ ਆ ਪੰਜਾਬੀ ਸਾਹਿਤ ਵਿੱਚ ਰਸਾਂ ਦੀ ਗਿਣਤੀ ਕਿੰਨੀ ਹੈ 9 ਰਸਾਂ ਦਾ ਰਾਜਾ ਕਿਸ ਰਸ ਨੂੰ ਕਿਹਾ ਜਾਂਦਾ ਹੈ ਸ਼ਿੰਗਾਰ ਰਸ ਨੂੰ ਕਿਹਾ ਜਾਂਦਾ ਹੈ ਜੀ ਰਸਾਂ ਦਾ ਰਾਜਾ ਜੰਗਨਾਮੇ ਅਤੇ ਵਾਰਾਂ ਵਿੱਚ ਕਿਸ ਰਸ ਦੀ ਪ੍ਰਧਾਨਤਾ ਹੁੰਦੀ ਹੈ ਬੀਰ ਰਸ ਦੀ ਹੁੰਦੀ ਹੈ ਜੀ ਅਲੰਕਾਰ ਕਿੰਨੀਆਂ ਕਿਸਮਾਂ ਦੇ ਹੁੰਦੇ ਨੇ ਅਲੰਕਾਰ ਹੁੰਦੇ ਨੇ ਜੀ ਤਿੰਨ ਕਿਸਮ ਦੇ ਅਲੰਕਾਰ ਕਿਹੜੀਆਂ ਕਿਸਮਾਂ ਹੁੰਦੀ ਹੁੰਦੇ ਹਨ ਹੁਣੇ ਤਿੰਨ ਕਿਸਮਾਂ ਕਿਹੜੇ-ਕਿਹੜੀਆਂ ਹੁੰਦੀਆਂ ਨੇ ਸ਼ਬਦ ਅਲੰਕਾਰ ਅਰਥ ਅਲੰਕਾਰ ਤੇ ਥਰਡ ਹੈ ਜੀ ਸ਼ਬਦਾਰਥ ਅਲੰਕਾਰ ਹਾਂਜੀ ਨੈਕਸਟ ਦੇਖ ਲੈਂਦੇ ਆ ਕਹਿੰਦੇ ਕੋਈ ਦੋ ਅਲੰਕਾਰਾਂ ਦੇ ਨਾਮ ਲਿਖੋ ਅਨੁਪਰਾਸ ਤੇ ਜਿਸਟਾਂਤ अनुप्रास अलंकार ਵਿੱਚ अनुप्रास ਦਾ ਅਰਥ ਕੀ ਹੈ ਇਹਦਾ ਮਤਲਬ ਹੁੰਦਾ ਜੀ ਵਾਰ-ਵਾਰ ਦੁਹਰਾਉਣਾ ਰੈਪੀਟੀਸ਼ਨ ਹਰੇਕ ਰਸ ਦੇ ਕਿੰਨੇ ਸਥਾਈ ਭਾਵ ਹੁੰਦੇ ਹਨ ਇੱਕ ਰਸ ਦਾ ਇੱਕ ਹੀ ਸਥਾਈ ਭਾਵ ਹੁੰਦਾ ਹੈ ਮਤਲਬ ਇੱਕ ਹੀ ਹੁੰਦਾ ਹੈ ਹਾਸੇ ਰਸ ਦਾ ਸਥਾਈ ਭਾਵ ਕਿਹੜਾ ਹੈ ਜੀ ਹਾਸਾ ਕਰੋਨਾ ਰਸ ਦਾ ਸਥਾਈ ਭਾਵ ਕਿਹੜਾ ਹੈ ਸ਼ੋਕ ਤਰਸ ਬੀਤ ਰਸਤਾ ਸਥਾਈ ਭਾਵ ਕਿਹੜਾ ਹੈ ਜੀ ਕਿਰਣਾ ਮਤਲਬ ਨਫ਼ਰਤ ਸ਼ਾਂਤ ਰਸਤਾ ਸਥਾਈ ਭਾਵ ਕਿਹੜਾ ਹੈ ਅਸਚਰਜਤਾ ਜਾਂ ਵਿਰਾਗ ਕਹਿ ਦਿੰਦੇ ਆ ਇਹਨੂੰ ਬੀਰ ਰਸਤਾ ਸਥਾਈ ਭਾਵ ਕਿਹੜਾ ਹੁੰਦਾ ਹੈ ਜੀ ਉਤਸ਼ਾਹ ਇਨਕੋਰੇਜਮੈਂਟ ਪਿਆਨ ਕ੍ਰਸਤਾ ਸਥਾਈ ਭਾਵ ਕਿਹੜਾ ਹੁੰਦਾ ਹੈ ਭੈ ਡਰ ਰੋਦਰ ਰਸਤਾ ਸਥਾਈ ਭਾਵ ਕਿਹੜਾ ਹੁੰਦਾ ਹੈ ਜੀ ਕ੍ਰੋਧ ਗੁੱਸਾ ਉਪਮਾ ਅਲੰਕਾਰ ਅਲੰਕਾਰ ਕਿਹੜੀ ਬਨ ਗਈ ਹੈ ਇਹ ਹੈ ਜੀ ਅਰਥ ਅਲੰਕਾਰ ਦੀ ਰੂਪਕ ਅਲੰਕਾਰ ਅਲੰਕਾਰਾਂ ਦੀ ਕਿਹੜੀ ਬਨ ਗਈ ਹੈ ਇਹ ਹੈ ਜੀ ਅਰਥ ਅਲੰਕਾਰ ਦੀ ਦ੍ਰਿਸ਼ਟਾਂਤ ਅਲੰਕਾਰ ਅਲੰਕਾਰਾਂ ਦੀ ਕਿਹੜੀ ਬਨ ਗਈ ਹੈ ਇਹ ਵੀ ਹੈ ਜੀ ਅਰਥ ਅਲੰਕਾਰ ਦੀ ਸੋ ਤਿੰਨੋਂ ਕੀ ਨੇ ਜੀ ਇਹ ਅਰਥ ਅਲੰਕਾਰ ਦੇ ਨੇ ਉਪਮਾ ਰੂਪਕ ਤੇ ਦ੍ਰਿਸ਼ਟਾਂਤ ਤਿੰਨੋਂ ਕੀ ਨੇ ਅਰਥ ਅਲੰਕਾਰ ਦੇ ਅਨੁਪਰਾਸ ਅਲੰਕ ਅਲੰਕਾਰ ਦੀ ਕਿਹੜੀ ਬਣ ਗਈ ਹੈ ਸੋ ਦਿਸ ਦਾ ਅਲੰਕਾਰ ਦੀ ਕਿਹੜੀ ਹੈ ਜੀ ਸੌਰੀ ਅਨੁਪਰਾਸ ਅਲੰਕਾਰ ਅਲੰਕਾਰ ਦੀ ਕਿਹੜੀ ਬਣ ਗਈ ਹੈ ਸੋ ਕਿਹੜੀ ਹੈ ਜੀ ਸ਼ਬਦ ਅਲੰਕਾਰ ਅਨੁਪਰਾਸ ਦੀ ਸ਼ਬਦ ਅਲੰਕਾਰ ਹਾਂਜੀ ਨੈਕਸਟ ਦੇਖ ਲੈਣੇ ਆ ਦੋਹਰਾ ਸੰਧ ਦੀਆਂ ਕਿੰਨੀਆਂ ਮਾਤਰਾਵਾਂ ਹਨ ਕਿੰਨੀਆਂ ਮਾਤਰਾਵਾਂ ਨੇ ਜੀ 24 ਸੋਰੜਾ ਸੰਧ ਦੀਆਂ ਕਿੰਨੀਆਂ ਮਾਤਰਾਵਾਂ ਨੇ ਇਹਦੀਆਂ ਮਾਤਰਾਵਾਂ ਨੇ ਜੀ 24 ਤੋ ਦੋਹਰਾ ਦੀਆਂ ਵੀ 24 ਨੇ ਤੇ ਸੁਰੋੜਾ ਦੀਆਂ ਵੀ 24 ਨੇ ਬੈਦ ਛੰਦ ਦੀਆਂ ਕਿੰਨੀਆਂ ਨੇ ਜੀ ਇਹਦੀਆਂ ਨੇ 40 ਅਲੰਕਾਰਾਂ ਨੂੰ ਕਿੰਨੇ ਵਰਗਾਂ ਵਿੱਚ ਵੰਡਿਆ ਜਾ ਸਕਦਾ ਹੈ ਤਿੰਨ ਵਰਗਾਂ ਦੀ ਵਿੱਚ ਵੰਡਿਆ ਜਾ ਸਕਦਾ ਹੈ ਅਲੰਕਾਰਾਂ ਦੀ ਵਰਗਵੰਡ ਕਰੋ ਕਿਹੜੇ-ਕਿਹੜੇ ਸ਼ਬਦ ਅਲੰਕਾਰ ਅਰਥ ਅਲੰਕਾਰ ਤੇ ਸ਼ਬਦਾਰਥ ਅਲੰਕਾਰ ਵਿਆਹ ਵਿੱਚ ਛੰਦ ਕਿਸ ਨੂੰ ਸੁਣਾਏ ਜਾਂਦੇ ਨੇ ਜੀ ਸਾਲੀਆਂ ਨੂੰ ਦੋਹਰਾ ਕੀ ਹੈ ਛੰਦ ਦਾ ਇੱਕ ਰੂਪ ਹੈਗਾ ਸੋਰੜਾ ਕੀ ਹੈ ਇਹ ਵੀ ਕੀ ਹੈ ਛੰਦ ਦਾ ਇੱਕ ਰੂਪ ਹੈ ਕੋਰੜਾ ਕੀ ਹੈ ਜੀ ਇਹ ਵੀ ਕੀ ਹੈ ਇੱਕ ਛੰਦ ਦਾ ਰੂਪ ਹੈਗਾ ਹਾਂ ਜੀ ਨੈਕਸਟ ਦੇਖਦੇ ਹਾਂ ਕਹਿੰਦੇ ਕਵਿੱਤ ਕੀ ਹੈ ਕਵਿੱਤ ਵੀ ਕੀ ਹੈ ਇੱਕ ਛੰਦ ਦਾ ਹੀ ਰੂਪ ਹੈਗਾ ਦਬਈਆ ਕੀ ਹੈ ਇਹ ਵੀ ਇੱਕ ਛੰਦ ਦਾ ਰੂਪ ਹੈ ਜੀ ਚੌਪੀ ਕੀ ਹੈ ਛੰਦ ਦਾ ਹੀ ਰੂਪ ਵੀ ਹੈ ਨਿਸ਼ਾਨੀ ਵੀ ਕੀ ਹੈ ਛੰਦ ਦਾ ਇੱਕ ਰੂਪ ਹੈ ਬੋੜੀ ਵੀ ਕੀ ਹੈ ਜੀ ਛੰਦ ਦਾ ਇੱਕ ਰੂਪ ਹੈ ਕਹਿੰਦੇ ਕਵਿਤਾ ਵਿੱਚ ਅਨੁਪਰਾਸ ਕੀ ਹੈ ਇਹ ਕੀ ਹੈ ਜੀ ਅਲੰਕਾਰ ਦਾ ਰੂਪ ਹੈ ਠੀਕ ਹੈ ਅਨੁਪਰਾਸ ਕੀ ਹੈ ਅਲੰਕਾਰ ਦਾ ਰੂਪ ਹੈ ਉਪਮਾ ਕੀ ਹੈ ਇਹ ਵੀ ਇੱਕ ਅਲੰਕਾਰ ਦਾ ਰੂਪ ਹੈ ਦ੍ਰਿਸ਼ਟਾਂਤ ਕੀ ਹੁੰਦਾ ਹੈ ਜੀ ਇਹ ਵੀ ਕੀ ਹੈ ਇੱਕ ਅਲੰਕਾਰ ਦਾ ਰੂਪ ਹੈ ਕਵਿਤਾ ਵਿੱਚ ਅਤਿਕਥਨੀ ਕੀ ਹੈ ਅਤਿਕਥਨੀ ਵੀ ਕੀ ਹੈ ਅਲੰਕਾਰ ਦਾ ਹੀ ਰੂਪ ਹੈ ਕਵਿਤਾ ਵਿੱਚ ਰੂਪਕ ਕੀ ਹੁੰਦਾ ਹੈ ਇਹ ਵੀ ਅਲੰਕਾਰ ਦਾ ਹੀ ਰੂਪ ਹੈ ਕਵਿਤਾ ਛੰਦ ਮੁਕਤ ਹੋ ਸਕਦੀ ਹੈ ਕਿ ਨਹੀਂ ਛੰਦ ਮੁਕਤ ਵੀ ਹੋ ਸਕਦੀ ਹੈ ਕਵਿਤਾ ਮਤਲਬ ਕਿ ਵਿਦਾਊਟ ਛੰਦ ਵੀ ਹੋ ਸਕਦੀ ਹੈ ਜੀ ਰਸ ਦੀ ਉਤਪਤੀ ਲਈ ਕਿਸ ਭਾਵ ਦਾ ਜਾਗਣਾ ਜ਼ਰੂਰੀ ਹੈ ਸਥਾਈ ਭਾਵ ਦਾ ਠੀਕ ਹੈ ਜੀ ਸ਼ਿੰਗਾਰ ਰਸ ਦੀ ਉਤਪਤੀ ਲਈ ਕਿਸ ਰਾਜ ਦਾ ਜਾਗਰਿਤ ਹੋਣਾ ਜ਼ਰੂਰੀ ਹੈ ਜੀ ਪ੍ਰੇਮ ਜਾਂ ਸਥਾਈ ਭਾਵ ਦਾ ਸ਼ਾਂਤ ਰਸਤੀ ਉਤਪਤੀ ਲਈ ਕਿਸ ਰਸਤਾ ਜਾਗਰਿਤ ਹੋਣਾ ਜ਼ਰੂਰੀ ਹੈ ਵਿਰਾਗ ਤੇ ਸਥਾਈ ਭਾਵ ਦਾ ਭਿਆਨਕ ਰਸਤੀ ਉਤਪਤੀ ਲਈ ਕਿਸ ਰਸਤਾ ਜਾਗਰਿਤ ਹੋਣਾ ਜ਼ਰੂਰੀ ਹੈ ਪੈ ਦੇ ਸਥਾਈ ਭਾਵ ਦਾ ਪੀਤ ਰਸਤੀ ਉਤਪਤੀ ਲਈ ਕਿਸ ਰਸਤਾ ਜਾਗਰਿਤ ਹੋਣਾ ਜ਼ਰੂਰੀ ਹੈ ਜੀ ਕਿਰਨਾ ਦੇ ਸਥਾਈ ਭਾਵ ਦਾ ਹਾਸ ਰਸਤੀ ਉਤਪਤੀ ਲਈ ਕਿਸ ਰਸਤਾ ਜਾਗਰਿਤ ਹੋਣਾ ਜ਼ਰੂਰੀ ਹੈ हादसे भाव भावदा करुणा रस की उत्पत्ति किस रास्ता जागृत होना जरूरी है शोक स्थाई देवता वीर की उत्पत्ति किस रास्ता जागृत होना जरूरी है जी उत्साह से स्थाई भावदा अद्भुत रश की उत्पत्ति किस रास्ता जागृत होना जरूरी है अस्चस्ता से स्थाई भावदा ठीक है उपर भी असं कर चुके हैं बट इतने की क्वेश्चन उलझा के दता हो ਹਾਂਜੀ ਭਾਸ਼ਾ ਕੀ ਹੈ ਚਲੋ ਇਹ ਅਸੀਂ ਨੈਕਸਟ ਕਲਾਸ ਦੇ ਵਿੱਚ ਕਰਾਂਗੇ ਜੀ ਇਹ ਨਵਾਂ ਟੌਪਿਕ ਸਟਾਰਟ ਹੋ ਰਿਹਾ ਸੋ ਅੱਜ ਦੀ ਸਾਡੀ ਕਲਾਸ ਇੱਥੇ ਤੱਕ ਹੀ ਰਹਿਾਂਗੇ ਠੀਕ ਹੈ ਰੱਖਾਂਗੇ ਅਸੀਂ ਤੇ ਅੱਗੇ ਅਸੀਂ ਨੈਕਸਟ ਕਲਾਸ ਦੇ ਵਿੱਚ ਕਰਾਂਗੇ ਠੀਕ ਹੈ ਹੋਪ ਤੁਹਾਨੂੰ ਸਾਰਿਆਂ ਨੂੰ ਜਿਹੜੀ ਕਲਾਸ ਹੈ ਜੀ ਇਹ ਪਸੰਦ ਆਈ ਹੋਵੇਗੀ ਅਗਰ ਕਲਾਸ ਪਸੰਦ ਆਉਂਦੀ ਹੈ ਤਾਂ ਲਾਈਕ ਤੇ ਸ਼ੇਅਰ ਜ਼ਰੂਰ ਕਰ ਦਿਓ ਜਿਨ੍ਹਾਂ ਨੇ ਵੀ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਸੋ ਥੈਂਕ ਯੂ ਸੋ ਬਾਏ